ਇੱਥੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਰਾਕ ਵਿੱਚ ਫਸੇ ਭਾਰਤੀਆਂ ਦੇ ਮੁੱਦੇ ਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣਾ ਸਟੈਂਡ ਸਪਸ਼ਟ ਕਰਨ। ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਵਾਰਤਾ ਕਰਦਿਆਂ ਵਿਦੇਸ਼ ਮੰਤਰੀ ਨੂੰ ਸੂਚਨਾ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਮੈਂ ਉਹਨਾਂ ਨੂੰ ਚੁਣੌਤੀ ਦੇ ਰਹਾ ਹਾਂ ਕਿ ਅਗਰ ਸੁਸ਼ਮਾ ਸਵਰਾਜ ਜੀ ਬੋਲ ਰਹੇ ਹੈ, ਪਾਰਲੀਮੈਂਟ ਮੇਂ ਬੋਲ ਰਹੇ ਹੈ ਕਿ ਜੋ ਹੋਸਟੇਜਸ ਥੇ ਇਰਾਕ ਮੇਂ ਆਜ ਸੇ ਪੌਨੇ ਦੋ ਸਾਲ ਪਹਿਲੇ, ਅਗਰ ਉਹ ਜੀਵਤ ਹੈ ਤੋ ਕਮ ਸੇ ਕਮ ਉਨਕੇ ਪਰਿਵਾਰੋਂ ਕੋ ਯਾ ਹਮਾਰੇ ਮੁਲਕ ਕੇ ਬਸ਼ਿੰਦੋਂ ਕੋ ਫੋਰਨ ਮਿਨਿਸਟਰ ਇਹ ਬਤਾਏ ਨਾ ਕਿ ਉਹ ਕਹਾਂ ਹੈ, ਉਹ ਕਿਸ ਸਟੇਜ ਪੇ ਹੈ। ਉਨਕੀ ਫੈਮਿਲੀਜ਼ ਦੋ ਸਾਲ ਸੇ ਚਿੰਤਿਤ ਹੈ, ਲੇਕਿਨ ਆਜ ਮੇਰੇ ਸਾਥ ਇਹ ਹਰਜੀਤ ਮਸੀਹ ਜੋ ਲੋਨ ਸਰਵਾਈਵਰ ਹੈ ਉਸ ਇੰਸੀਡੈਂਟ ਕਾ ਇਰਾਕ ਮੇਂ, ਜਿਸਨੇ ਖੁਦ ਦੇਖਾ, ਉਹ ਗੋਲੀਆਂ ਚਲਾਤੇ ਹੋਏ ਦੇਖਾ, ਲੋਕੋਂ ਕੋ ਮਰਤੇ ਹੋਏ ਦੇਖਾ, ਇਹ ਅਕੇਲਾ ਵਹਾਂ ਸੇ ਭਾਗਾ, ਵਾਪਸ ਇੰਡੀਆ ਆਇਆ। ਇੱਕ ਸਾਲ ਤੱਕ ਕਰੀਬ ਗਵਰਨਮੈਂਟ ਆਫ ਇੰਡੀਆ ਕੀ ਡਿਫਰੈਂਟ ਡਿਫਰੈਂਟ ਏਜੰਸੀਜ਼ ਨੇ ਇਸਕੋ ਬੰਦੀ ਬਣਾ ਕਰਕੇ ਰੱਖਾ, ਇਸਕੋ ਵੋ ਬੋਲਤੇ ਰਹੇ ਕਿ ਆਪਨੇ ਮੀਡੀਆ ਕੇ ਸਾਹਮਣੇ, ਲੋਕੋਂ ਕੇ ਸਾਹਮਣੇ ਕੁਛ ਨਹੀਂ ਬੋਲਣਾ। ਤੋ ਸਾਰਾ ਇਹ ਮੋਦੀ ਗਵਰਨਮੈਂਟ ਕਾ ਜੋ ਕਾਰਯਕ੍ਰਮ ਹੈ ਔਰ ਸੁਸ਼ਮਾ ਸਵਰਾਜ ਕਾ ਜੋ ਬਿਆਨ ਹੈ, ਵੋ ਮੁਕੰਮਲ ਤੌਰ ਪੇ ਸ਼ੱਕ ਕੇ ਦਾਇਰੇ ਮੇਂ ਆ ਚੁਕਾ ਹੈ। ਔਰ ਕਿਤਨਾ ਔਰ ਟਾਈਮ ਚਾਹੀਏ ਗਵਰਨਮੈਂਟ ਆਫ ਇੰਡੀਆ ਕੋ ਯੇ ਸੱਚ ਬਤਾਨੇ ਕੇ ਲੀਏ ਉਨ ਪਰਿਵਾਰੋਂ ਕੋ ਯਾ ਆਪਣੀ ਕੰਟਰੀ ਕੇ ਲੋਕੋਂ ਕੋ ਕਿ ਇਰਾਕ ਮੇਂ ਕਿਆ ਹੁਆ ਥਾ, ਕਿਆ ਵੋ ਲੋਕ ਜੀਵਿਤ ਹੈ, ਕਿਆ ਲੋਕ ਮਰ ਚੁਕੇ ਹੈ। ਅਗਰ ਵੋ ਨਹੀਂ ਹੈ ਤੋ ਇਸੇ ਤੋਂ ਸੱਚ ਬੋਲਣਾ ਬਿਹਤਰ ਹੈ। ਝੂਠ ਦੁਬਾਰਾ ਦੁਬਾਰਾ ਬੋਲਣੇ ਸੇ ਉਨ ਲੋਕੋਂ ਕੀ ਇੱਛਾਓਂ ਕੋ ਉਨ੍ਹੋਂਨੇ ਉਜਾਗਰ ਕੀਆ, ਉਨਕੋ ਫਾਲਸ ਹੋਪ ਦੇ ਰਹੇ ਹੈ। ਤੋ ਆਈ ਓਨਲੀ ਡੇਅਰ ਦ ਫੋਰਨ ਮਿਨਿਸਟਰ ਆਫ ਦਿਸ ਕੰਟਰੀ ਟੂ ਕਮ ਆਊਟ ਵਿਦ ਦ ਟਰੂਥ, ਯੂ ਨੋ, ਐਂਡ ਸ਼ੀ ਸ਼ੁੱਡ ਕਮ ਐਂਡ ਰਿਬਟ ਦ ਸਟੇਟਮੈਂਟ ਆਫ ਹਰਜੀਤ ਮਸੀਹ।